ਕਿੰਨੀਆਂ ਵੀ ਉੱਚੀਆਂ ਤੇ ਲੰਮੀਆਂ ਉਡਾਰੀਆਂ ਮਾਰ ਲਵੇ ਪਰ ਮੌਤ ਉਹਨੂੰ ਇੱਕ ਦਿਨ ਮੈਂ ਤੈਨੂੰ ਭੁੱਲ ਗਿਆ ਸਤਿ ਸ਼੍ਰੀ ਅਕਾਲ ਦੋਸਤੋ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਚਾਰ ਪੰਜ ਜਣੇ ਬਾਈ ਪਿੰਡ ਦੇ ਵਿੱਚ ਬੀਸੀਆਰ ਲੈ ਕੇ ਆਉਂਦੇ ਨੇ, ਪੁਰਾਣੀ ਗੱਗੂ ਗਿੱਲ ਦੀ ਜੱਟ ਜਾਣਾ ਮੋੜ ਜਿਹੜੀ ਫਿਲਮ ਦੇਖਦੇ ਨੇ, ਉਹਨਾਂ ਦੇ ਵਿੱਚ ਇੱਕ ਬਾਈ ਬਾਈ ਚ ਇੰਨਾ ਜੋਸ਼ ਭਰ ਜਾਂਦਾ ਕਿ ਉੱਠ ਕੇ ਜਿਹੜਾ ਡਾਇਲੋਗ ਬੋਲਣ ਲੱਗ ਜਾਂਦਾ ਗਾ, ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਇਹਨਾਂ ਦੀ ਕਾਫੀ ਜਿਹੜੀ ਵਾਇਰਲ ਹੋਈ ਆ। ਤੇ ਦੋਸਤੋ ਅੱਜ ਆਪਾਂ ਬਾਈ ਦੇ ਪਿੰਡ ਪਹੁੰਚੇ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ। ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਆਪਣਾ ਨਾਮ ਤੇ ਪਿੰਡ ਦੱਸ ਦਿਓ, ਕੀ ਨਾਮ ਆ? ਪਰਮਜੀਤ ਸਿੰਘ ਆਪਣਾ ਜੀ ਨਾਮ। ਪਿੰਡ ਬੁੱਗਰ ਪਿੰਡ ਆ ਜੀ। ਤੇ ਤੁਹਾਡੀ ਵੀਡੀਓ ਜਿਹੜੀ ਉਹ ਵਾਇਰਲ ਹੋਈ ਆ, ਮਤਲਬ ਤੁਸੀਂ ਚਾਰ ਪੰਜ ਜਣੇ ਵੀਸ਼ਰ ਲੈ ਕੇ ਆਉਣੇ ਹੋਗੇ, ਤੇ ਬਾਈ ਇਹ ਸਬੱਬ ਕਿਵੇਂ ਬਣਿਆ ਵੀਸ਼ਰ ਲਿਆਉਣ ਦਾ? ਇਹ ਜੀ ਪੁਰਾਣਾ ਰਿਵਾਜ ਦੇਖਣ ਦਾ। ਠੀਕ ਹੈ, ਪਹਿਲਾਂ ਦੇਖਦੇ ਰਹੇ ਅਸੀਂ ਇਹਨਾਂ ਦੀ ਫਿਲਮਾਂ ਗੱਗੂ ਗਿੱਲ ਦੀ। ਹਾਂਜੀ, ਕਿੰਨੇ ਸਾਲ ਪੁਰਾਣੀ ਹੈ ਜਿਹੜੀ ਵੀਡੀਓ ਤੁਹਾਡੀ? 3 ਸਾਲ ਪੁਰਾਣੀ। 3 ਸਾਲ ਪਹਿਲਾਂ ਤੁਸੀਂ ਵੀਸੀਆਰ ਲਿਆਂਦਾ ਸੀਗਾ, ਤੇ ਕਿਵੇਂ ਇਕੱਠੇ ਹੋ ਕੇ ਲਿਆਂਦਾ ਸੀ ਵੀਸੀਆਰ? ਮੰਨ ਲਓ ਵੀਸੀਆਰ ਤਾਂ ਉਹ ਮੁੰਡਾ ਲਿਆ ਜਿਹੜਾ ਵੀਡੀਓ ਬਣਾਉਂਦਾ ਸੀ। ਠੀਕ ਹੈ, ਸਾਨੂੰ ਤਾਂ ਸੱਦ ਲਿਆ ਸੀ ਵੀ ਮੋਬਾਈਲ ਦੇ ਵਿੱਚ ਕੱਲਾ ਕੱਲਾ ਵੀਡੀਓ ਦੇਖ ਲੈਂਦਾ। ਪਹਿਲਾਂ ਵਾਲੇ ਸਮੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਮਾਂ ਪਤਾ ਜੀ ਬਹੁਤ ਵਧੀਆ ਸੀਗਾ, ਪਹਿਲਾਂ ਜੀ ਮਾਹੌਲ ਬਹੁਤ ਚੰਗਾ ਹੀ ਸੀਗਾ, ਕੋਈ ਮਰਜ਼ੀ ਕਿਤੇ ਫਿਰਦਾ ਰਹਿੰਦਾ ਸੀ। ਠੀਕ ਹੈ ਜੀ। ਪਹਿਲਾਂ ਵੀਸੀਆਰ ਕਿੰਨਾ ਕੁ ਦੇਖਿਆ? ਵੀਸੀਆਰ ਵੱਧ ਗਈ ਹਫਤੇ ਚ ਮਾਰੋ ਲੈਣ ਲੈ ਕੇ ਆਉਣਾ ਸੀ। ਠੀਕ ਹੈ, ਕਦੇ ਤਾਂ ਉਹ ਡੱਗੀ ਤੇ ਲਿਆਉਂਦੇ, ਕਦੇ ਇੱਥੇ ਮੋਟਰ ਤੇ ਲਿਆਉਂਦੇ। ਠੀਕ ਹੈ, ਘਰੋਂ ਨੀ ਗਾਲਾਂ ਗੁਲਾਂ ਪੈਂਦੀਆਂ ਸੀ? ਨਾ ਜੀ ਨਾ, ਘਰੇ ਕੋਈ ਨੀ, ਕਹਿੰਦੇ ਖੇਤ ਜਾਣੇ। ਮੰਨ ਲਓ ਪਹਿਲਾਂ ਇਹ ਵੀ ਹੁੰਦਾ ਸੀਗਾ ਵੀ ਜਦੋਂ ਵੀਸੀਆਰ ਲਿਆਉਂਦੇ ਹੁੰਦੇ ਸੀਗੇ, ਜੇ ਕਿਸੇ ਨੂੰ ਨਹੀਂ ਵਾੜਦੇ ਹੁੰਦੇ ਸੀ ਉਹ ਸੱਚ ਸੱਟਣ ਭੱਜਦਾ, ਸੱਚ ਹੁੰਦਾ ਸੀ ਇਹ। ਫਿਰ ਕਹਿੰਦੇ ਵੀ ਚਲ ਆ ਜਾਂਦਾ ਯਾਰ, ਕੀ 5 ਰੁਪਏ ਨਾਲ ਹੁੰਦਾ, ਪਾਉਂਦੇ ਤਾਂ 10-10 5-5 ਰੁਪਏ ਪਾ ਕੇ ਲਿਆਉਂਦੇ ਬਸ ਇਕੱਠੇ ਹੋ ਕੇ। ਠੀਕ ਹੈ, ਹੁਣ ਨਵੀਂ ਕਮਿਸ਼ਨ ਦਾ ਕੰਮ ਨੀ ਹੁੰਦਾ, ਬਹਿ ਕੇ ਕੱਖ ਵੱਢ ਕੇ ਦਿਖਾ ਦਿੰਦੇ। ਠੀਕ ਹੈ, ਮੈਂ ਹਜੇ ਘੰਟਾ ਘੰਟਾ ਬਹਿ ਜੂੰਗਾ ਬਾਹਰ ਦੇ ਪੈਰਾਂ ਪਰ, 1.5 ਘੰਟਾ ਨਹੀਂ ਉੱਠਦਾ। ਇੱਕ ਵਾਰੀ ਤੁਹਾਡਾ ਜਿਹੜਾ ਡਾਇਲੌਗ ਸੀ ਉਹ ਬਹੁਤ, ਤੁਸੀਂ ਦੁਬਾਰੇ ਸਾਨੂੰ ਬੋਲ ਕੇ ਦੱਸੋਗੇ ਦਰਸ਼ਕਾਂ ਨੂੰ ਇੱਕ ਵਾਰ? ਦੱਸ ਦੇਣਾ ਆਪਾਂ। ਹਾਂਜੀ, ਥਾਣੇ ਤਾਰਾ ਆਹ ਡਾਇਲੌਗ ਤੇ ਮੇਰਾ। ਠੀਕ ਹੈ, ਬੜਾ ਤੁਹਾਡੇ 'ਚ ਜੋਸ਼ ਭਰ ਜਾਂਦਾ। ਬਸ ਉਹ ਤਾਂ ਲਹਿਰੀ ਆਈ ਹੈ ਮੌਕੇ ਤੇ ਤਾਰਾ ਆ ਜਾਂਦਾ। ਠੀਕ ਹੈ, ਐਂਡ ਹੁਣ ਡਾਇਲੌਗ ਜੁਣੇ ਮੋੜ ਦੇ ਸਾਰੇ ਉਹ ਸੀਨ ਯਾਦ ਨੇ, ਜਿਵੇਂ ਕਹਿੰਦਾ ਹੁੰਦਾ ਇਹਨਾਂ ਗੱਲਾਂ ਨੂੰ ਕੀ ਜਵਾਤੀ ਗੱਲਾਂ ਨੂੰ ਕੀ ਜਾਣਦਾ ਬੁੜੀਆ ਜਾਣੋ, ਇਹ ਸਾਰੇ ਐਂਡ ਤੋਂ ਫਿਲਮ ਦੇਖਦੇ ਤੇ ਅਸੀਂ ਸਾਰਾ ਕੁਝ ਦੇਖ ਲੈਂਦੇ ਸੀ। ਹਾਂ, ਉਸ ਵੇਲੇ ਬਾਈ ਮਾਹੌਲ ਇਹੋ ਜਿਹਾ ਹੁੰਦਾ, ਮੰਨ ਲਓ ਵੀ ਜਦੋਂ ਆਪਾਂ ਪਹਿਲਾਂ ਹੁੰਦਾ ਸੀ ਵੀਸੀਆਰ ਲਿਆਉਂਦੇ ਹੁੰਦੇ ਸੀਗੇ ਨਾ, ਤੇ ਉਹ ਇੰਨਾ ਜੋਸ਼ ਭਰ ਜਾਂਦਾ ਹੁੰਦਾ ਸੀ ਬੰਦਾ ਉੱਠ ਉੱਠ ਕੇ ਡਾਇਲੌਗ ਬੋਲਣ ਲੱਗ ਜਾਂਦੇ, ਆਹ ਹੋਊਗਾ ਹਨਾ। ਤੇ ਬਈ ਹੁਣ ਵੀ ਇਹ ਜਾਣਾ ਮੋੜ ਦੀ ਬਹੁਤ ਪੁਰਾਣੀ ਫਿਲਮ ਆ, ਜੱਟ ਜਾਣਾ ਮੋੜ, ਤੇ ਹੁਣ ਨਵੀਂ ਮੋੜ ਫਿਲਮ ਆਈ ਹੈਗੀ ਐਮੀ ਵਿਰਕ ਦੀ, ਤੇ ਇਹਨਾਂ ਦੋਨਾਂ ਚ ਫਰਕ ਕੀ ਦੇਖਦੇ ਹੋ ਤੁਸੀਂ ਫਿਲਮਾਂ ਚ? ਫਰਕ ਤਾਂ ਜਿਹੜੀ ਨਵੀਂ ਆਈ ਹੈ ਜਿਹੜਾ ਆਪਾਂ ਦੇਖੀ ਨੀ ਅਜੇ। ਅੱਛਾ, ਆਪਾਂ ਨੂੰ ਤਾਂ ਉਹੀ ਚੰਗੀ ਲੱਗਦੀ ਜਿਹੜੀ ਚੀਜ਼ ਆਪਾਂ ਦੇਖੀ। ਹਾਂ, ਠੀਕ ਹੈ ਨਾ, ਜਿਹੜੀ ਚੀਜ਼ ਆਪਾਂ ਦੇਖੀ ਨੂੰ ਆਪਾਂ ਨੂੰ ਵੀ ਚੰਗੀ ਲੱਗਦਾ। ਮੰਨ ਲਓ ਪੁਰਾਣੀ ਫਿਲਮ ਗੱਗੂ ਗਿੱਲ ਨੂੰ ਜਾਣਾ ਮੋੜ ਲੋਕ ਮੰਨਦੇ ਆ ਅੱਜ। ਹਾਂ, ਜਾਣਾ ਮੋੜ ਵੀ ਉਹ ਜਾਣਾ ਮੋੜ ਮੋਬਾਈਲ ਤੇ ਦੇਖਣ ਲੱਗ ਜਾਂਦਾ ਕਰ ਕਿਤੇ ਪਹਿਰੇ ਤੋਂ ਬਹਿ ਜਾਂਦੇ। ਅੱਛਾ, ਮੈਂ ਵੀ ਕਹਿੰਦਾ ਨਾ ਸੁਰੇਸ਼ ਨੂੰ ਵੀ ਲਿਆ ਕਰਦਾ ਜਾਣਾ ਮੋੜ। ਮੰਨ ਲਓ ਜੀ ਨਹੀਂ ਆਗਦਾ ਤੋਂ ਨਾ, ਜੀ ਨਹੀਂ ਆਗਦਾ। ਕੋਈ ਕੰਮ ਕਾਰ ਕੀ ਕਰਦੇ ਹੋ ਤੁਸੀਂ? ਕੰਮ ਤਾਂ ਜੀ ਆਪਾਂ ਖੇਤੀ ਦੀ ਕਰਦੇ। ਠੀਕ ਹੈ, ਤੇ ਮੰਨ ਲਓ ਜਿਹੜਾ ਪੁਰਾਣਾ ਸਿਨੇਮਾ ਸੀਗਾ, ਪੁਰਾਣਾ ਮਾਹੌਲ ਸੀਗਾ, ਤੇ ਕਿੰਨਾ ਕੁ ਫਰਕ ਸੀ ਉਸ ਸਮੇਂ? ਕਿਉਂਕਿ ਅੱਜ ਤਾਂ ਵੱਡੇ ਵੱਡੇ ਮਾਲ ਖੁੱਲ ਗਏ ਆ, ਤੇ ਅਗਲਾ ਫਿਲਮ ਦੇਖਣ ਜਾਣਾ ਅਗਲਾ ਸ਼ਹਿਰ ਜਾਂਦਾ ਗਾ, ਪਹਿਲਾਂ ਬੰਦਾ ਘਰਾਂ ਦੇ ਵਿੱਚ ਹੀ ਮੰਨ ਲਓ ਖੇਤਾਂ ਦੇ ਵਿੱਚ ਵੀਸੀਆਰ ਲੈ ਕੇ ਫਿਲਮਾਂ ਦੇਖਦੇ ਹੁੰਦੇ ਸੀ ਹਨਾ, ਉਹਨੂੰ ਕਿਵੇਂ ਦੇਖਦੇ ਹੋ ਸਮੇਂ ਨੂੰ? ਯਾਦ ਆਉਂਦਾ ਬਹੁਤ? ਉਹਦਾ ਹੀ ਆਉਂਦਾ ਗਾ, ਤਾਂ ਹੁਣ ਮੋਬਾਈਲਾਂ ਨੇ ਨਹੀਂ ਉਹ ਕਰਤੀ। ਠੀਕ ਹੈ ਨਾ ਜੀ, ਹੁਣ ਜਾ ਇੰਨੇ ਛੇੜੀਆਂ ਹਰੇਕ ਦੇ ਘਰੇ ਆ। ਠੀਕ ਹੈ, ਪੜੇ ਹੋਏ ਆ? ਨਾ ਜੀ, ਅਨਪੜ੍ਹ ਜਮਾ ਪਿਓ। ਅਨਪੜ੍ਹ ਜਮਾ ਪਿਓ। ਤੇ ਫਿਲਮਾਂ ਪੂਰੇ ਦੇਖੇ ਨੇ ਫਿਰ? ਪੂਰੀਆਂ। ਫਿਲਮ ਕਿਹੜੇ ਕਿਹੜੇ ਫਿਲਮਾਂ ਦਾ ਸ਼ੌਂਕ ਰਿਹਾ? ਮੈਂ ਤਾਂ ਜਾਉਣਾ ਮੋੜ, ਬਾਗੀ ਸੂਰਮੇ, ਇਹ ਇੱਕ ਉਹ ਜੱਟ ਦੀ ਜ਼ਮੀਨ, ਇਹ 3-4 ਫਿਲਮਾਂ ਨੂੰ ਬੜਾ ਪਸੰਦ ਕਰਦਾ। ਉਸ ਤਾਂ ਸ਼ੇਰਾ ਹੁੰਦਾ ਜੀ ਦੇਖੋ, ਇੱਕ ਉਹ ਦੂਜਾ ਪਤਾ ਨਹੀਂ ਮੈਂ ਨਾਂ ਭੁੱਲ ਜਾਣਾ, ਬੜਾ ਲਲਕਰੇ ਮਾਰਦਾ ਹੁੰਦਾ ਕੀ ਜੀ ਤਾਂ। ਹਾਂ, ਜਾਂ ਉਹ ਬੜਾ ਉਹ ਤੇ। ਠੀਕ ਹੈ, ਜਾਂ ਇੱਕ ਗੁਰਦਾਸ ਮਾਨ ਦੀ ਦੇਖ ਲੈਂਦਾ ਕਚਹਿਰੀ, ਉਹ ਫਿਲਮ ਵਧੀਆ ਸੀ।
ਤੁਸੀਂ ਵੀਸੀਆਰ ਲਿਆਉਂਦੇ ਪਹਿਲਾਂ ਜਮਾ ਮੌੜੀ ਦੇਖਦੇ ਵੱਧ ਠੀਕ ਹੈ ਇਹ ਚੜੀ ਵਾਲੀ ਤੀ ਤੋਂ ਪਹਿਲੀ ਵਾਰ ਦੇਖੀ ਕਿਹੜੇ ਸਾਲ ਚ ਦੇਖੀ ਜੀ ਪਹਿਲੀ ਵਾਰ ਸਾਲ ਨਹੀਂ ਮੇਰੇ ਖਿਆਲ ਹੋਣਾ ਵੀ ਜਿਹੜਾ ਤੇ ਫਾਲ ਸੂਲ ਹੁਣ ਪਿੰਡਾਂ ਨੂੰ ਕਿਹੜੇ ਜਾ ਜਾਂਦੇ ਹੋ ਗਏ ਹੁਣ ਵੀ ਭਾਈ ਫਿਲਮ ਦੇਖਦੇ ਵੀਸੀਆਰ ਕਿ ਹੁਣ ਮੋਬਾਈਲ ਤੇ ਵੀਸੀਆਰ ਨਹੀਂ ਹੁਣ ਤਾਂ ਮੋਬਾਈਲ ਤੇ ਹੁਣ ਤਾਂ ਮੋਬਾਈਲ ਤੇ ਦੇਖ ਲੈਣਾ ਮੋਬਾਈਲ ਤੇ ਦੇਖ ਲੈਣਾ ਦੁਪਹਿਰੇ ਘੰਟਾ ਜਦੋਂ ਵਿਹਲੇ ਹੁੰਦੇ ਹਾਂਜੀ 12 ਵਜੇ ਅਸੀਂ ਬਹਿ ਜਾਂਦੇ ਆ 2 ਵਜੇ ਤੱਕ ਤੇ ਦੇਖੀ ਜਾਂਦੇ ਠੀਕ ਹੈ ਮੰਨ ਲਓ ਪੁਰਾਣੇ ਸਮੇਂ ਦੇ ਵਿੱਚ ਕਿੰਨਾ ਕੁ ਚਾਹ ਹੁੰਦਾ ਸੀ ਵੀਸੀਆਰ ਦੇਖਣ ਦਾ ਬਹੁਤ ਜ਼ਿਆਦਾ ਸੀ ਤਿੰਨ ਸੇ ਹਫਤਾ ਤਾਂ ਅਸੀਂ ਪਹਿਣ ਨਹੀਂ ਦਿੰਦੇ ਤੇ ਅੱਛਾ ਹਫਤੇ ਤੋਂ ਪਹਿਲਾਂ ਦੁਬਾਰੇ ਫੇਰ ਲਿਆਉਂਦੇ ਉਹ ਲਹਿਰ ਹੀ ਇਹੀ ਸੀ ਚਾਹ ਹੀ ਇੰਨਾ ਹੁੰਦਾ ਸੀ ਚਲੋ ਵੀ ਵੀਸੀਆਰ ਲਈਏ ਪਾ ਕੇ ਪੈਸੇ ਕਿਹੜੇ ਪਿੰਡ ਤੋਂ ਲਿਆਉਂਦੇ ਸੀ ਫਿਰ ਧਨੌਲੇ ਜੀ ਕਾਤੇ ਧਨੌਲੇ ਨੇੜੇ ਪੈਂਦੇ ਕਾਤੇ ਜਾਂਦੇ ਤੁਸੀਂ ਫਿਰ ਸਾਈਕਲਾਂ ਵੀ ਪਾ ਜਾਂਦੇ ਅੱਛਾ ਮੰਨ ਲਓ ਜਿਸ ਦਿਨ ਕਾਇਦਾ ਦੇਖਣਾ ਦੇਖਣਾ ਹੈ ਦੇਖਣੀ ਹੈ ਬਸ ਇਕੱਠੇ ਹੋ ਕੇ ਦੇਖਦੇ ਸੀ ਫਿਰ ਪਹਿਲੇ ਹੀ ਰਾਇ ਬਣਾ ਲੈਂਦੇ ਇੱਕ ਦਿਨ ਵੀ ਅੱਜ ਕੱਲ੍ਹ ਨੂੰ ਵੀਸੀਆਰ ਲਿਆਵਾਂਗੇ ਕੱਢੋ ਦਿੰਦੇ ਨੇ ਪੈਸੇ ਸਾਰੇ ਰਾਮ ਲੀਲਾ ਦੇਖਣ ਜਾ ਪੜਦੇ ਸਾਈਕਲਾਂ ਦੀ ਰਾਤ ਨੂੰ ਧਨੌਲੇ ਤਾਂ ਨੇੜੇ ਪੈਂਦਾ 8 ਕਿਲੋਮੀਟਰ ਸਾਨੂੰ ਪੈਰਾਂ 'ਚ ਲਾ ਲੈ ਕਈ ਵਾਰ ਤੁਰਕੀ ਆਇਆ ਮੈਂ ਇੱਥੋਂ ਕਿਤੇ ਗਾਹਾਂ ਪਚਾਹਾਂ ਤੋਂ ਹਨੇਰਾ ਹੋ ਗਿਆ ਤੁਰਕੀ ਆ ਜਾਂਦੇ ਪੈਰਾਂ ਲੱਗੇ ਫੇਰ ਆਖਦੇ ਇਹ ਤਾਂ ਹੈ ਦੋਸਤੋ ਇਹ ਬਾਈ ਪਰਮਜੀਤ ਸਿੰਘ ਵੀ ਜਿਨ੍ਹਾਂ ਦੀ ਤੁਹਾਨੂੰ ਪਿਛਲੇ ਦਿਨ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਹੋਗੀ ਕਿ ਵੀਸੀਆਰ ਲੈ ਕੇ ਆਉਂਦੇ ਨੇ ਤੇ ਕਾਫੀ ਮੌਜ ਮਸਤੀ ਕਰਦੇ ਆ ਤੇ ਆਪਾਂ ਬਾਈ ਨਾਲ ਜਿਹੜੀ ਗੱਲਾਂ ਬਾਤਾਂ ਕੀਤੀਆਂ ਨੇ ਵੀ ਕਿਹੋ ਜਿਹਾ ਜਿਹੜਾ ਪੁਰਾਣਾ ਮਾਹੌਲ ਹੁੰਦਾ ਸੀ ਕਿਹੋ ਜਿਹਾ ਪੁਰਾਣਾ ਸਮਾਂ ਹੁੰਦਾ ਸੀ ਦੋਸਤੋ ਪਹਿਲਾਂ ਜਦੋਂ ਵੀ ਵੀਸੀਆਰ ਆਇਆ ਸੀਗਾ ਤਾਂ ਬਹੁਤ ਚਾਹ ਹੁੰਦਾ ਸੀ ਇਕੱਠੇ ਹੋ ਕੇ ਵੀਸੀਆਰ ਲੈ ਕੇ ਆਉਂਦੇ ਤੇ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਪਰ ਜਿਹੜਾ ਵੀਸੀਆਰ ਦੇਖਦੇ ਸੀਗੇ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਅਲੱਗ ਕਿਸਮ ਦਾ ਜਿਹੜਾ ਸਮਾਂ ਸੀਗਾ ਤੇ ਇਕੱਠੇ ਬਹਿ ਕੇ ਫਿਲਮਾਂ ਦੇਖਣ ਦਾ ਜਿਹੜਾ ਮਾਹੌਲ ਸੀਗਾ ਉਹ ਵਧੀਆ ਸੀਗਾ ਬਹੁਤ ਵਧੀਆ ਸਮਾਂ ਸੀਗਾ ਤੇ ਅੱਜ ਵੀ ਬਹੁਤ ਸਾਰੇ ਲੋਕ ਇਹ ਮੰਗ ਕਰਦੇ ਨੇਗੇ ਤੇ ਕਮੈਂਟਾਂ ਦੇ ਵਿੱਚ ਕਹਿ ਰਹੇ ਨੇਗੇ ਵੀ ਜਿਹੜਾ ਪਹਿਲਾਂ ਵਾਲਾ ਸਮਾਂ ਸੀ ਉਹ ਜਿਹੜਾ ਵੈਰੀ ਗੁੱਡ ਸੀ ਬਹੁਤ ਵਧੀਆ ਸੀਗਾ ਤੇ ਉਹ ਪਹਿਲਾਂ ਵਾਲਾ ਸਮਾਂ ਜਿਹੜਾ ਕਾਸ ਵਾਪਸ ਆ ਜੇ ਤੇ ਅੱਜ ਕੱਲ੍ਹ ਹਰੇਕ ਆਪਦੇ ਮੋਬਾਈਲ ਦੇ ਵਿੱਚ ਜਾਂ ਸਿਨੇਮੇ ਦੇ ਵਿੱਚ ਜਾ ਕੇ ਜਿਹੜਾ ਫਿਲਮ ਦੇਖ ਕੇ ਆਉਂਦਾਗਾ ਤੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਬਾਈ ਦੀ ਵੀਡੀਓ ਵਧੀਆ ਲੱਗੀ ਤਾਂ ਇਹ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ ਦੋਸਤੋ।